ਦੇਸ਼ ਵਿਦੇਸ਼ ਵਿੱਚ ਦੇਖ ਰਹੇ ਸਾਰੇ ਹੀ ਪਿਆਰ ਵਾਲੇ ਦਰਸ਼ਕਾਂ ਨੂੰ ਸਤਪਾਲ ਸਿੰਘ ਦੇੜਕਾ ਵੱਲੋਂ ਸਤਕਾਰ ਸਹਿਤ ਸਤ ਸ੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਵਿਰੋਧੀ ਧਿਰ ਦੇ ਉਪਨੇਤਾ ਤੇ ਆਮ ਆਦਮੀ ਪਾਰਟੀ ਜਗਰਾਉਂ ਤੋਂ ਹਲਕਾ ਵਿਧਾਇਕਾ ਬੀਬਾ ਸਰਬਜੀਤ ਕੁਰਮਾਨੁਕੇ ਬੀਬਾ ਜੀ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਜੀ ਜਗਰਾਉਂ ਹਲਕਾ ਇੰਚਾਰਜ ਸਰਦਾਰ ਮਲਕੀਤ ਸਿੰਘ ਜੀ ਦਾਖਾ ਵੱਲੋਂ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਭੰਡੇ ਜਾ ਰਹੇ ਨੇ ਉਹ ਪੈਸੇ ਹਾਲਾਂਕਿ ਜਦੋਂ ਕਿ ਪੰਜਾਬ ਸਰਕਾਰ ਇਹ ਰੌਲਾ ਪਾ ਰਹੀ ਹੈ ਵੀ ਸਾਰੇ ਜਿਹੜੇ ਵਿਕਾਸ ਦੇ ਕੰਮ ਰੋਕ ਦਿੱਤੇ ਜਾਣ ਸਾਡੇ ਕੋਲੇ ਪੈਸੇ ਹੈ ਨਹੀਂ ਵੀ ਹਲਕਾ ਇੰਚਾਰਜ ਕੋਲੇ ਇਹ ਪੇਮੈਂਟ ਕਿੱਥੋਂ ਆ ਗਈ ਤੁਹਾਡੀ ਨੌਲੇਜ ਦੇ ਵਿੱਚ ਤੁਸੀਂ ਐਮਐਲਏ ਹੋ ਤੁਹਾਡੀ ਨੌਲੇਜ ਦੇ ਵਿੱਚ ਕੋਈ ਗੱਲ ਹੈ ਇਸ ਤਰ੍ਹਾਂ ਦੀ ਦੇਖੋ ਜੀ ਪੰਜਾਬ ਦੀ ਬੜੀ ਵੱਡੀ ਤਰਾਸਤੀ ਹੈ ਕਿ ਕਾਂਗਰਸ ਸਰਕਾਰ ਜਦੋਂ ਹੋਂਚਾਈ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਸਾਡੇ ਹਲਕਾ ਇੰਚਾਰਜ ਦੀ ਰਵਾਇਤ ਪ੍ਰਥਾ ਨਹੀਂ ਚੱਲੇਗੀ ਕਿਉਂਕਿ ਜੋ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਚੁਣਿਆ ਹੋਇਆ ਬਧਾਇਕ ਆ ਉਹੀ ਹਲਕੇ ਦੀ ਬਿਹਤਰੀ ਲਈ ਕੰਮ ਕਰੇਗਾ ਪਰ ਕਾਂਗਰਸ ਜਿਸ ਤਰ੍ਹਾਂ ਆਪਣੇ ਮੈਨੀਫੈਸਟੋ ਦੇ ਵਾਅਦਿਆਂ ਤੋਂ ਮੁੱਕਰ ਚੁੱਕੀ ਆ ਝੂਠੀਆਂ ਸਾਹਾਂ ਸੋਹਾਂ ਖਾ ਕੇ ਮੁੱਕਰ ਚੁੱਕੀ ਆ ਉਸੇ ਰਵਾਇਤ ਨੂੰ ਅੱਗੇ ਰੱਖਦੇ ਹੋਏ ਇਹਨਾਂ ਨੇ ਕਾਂਗਰਸ ਦੇ ਹਲਕਾ ਇੰਚਾਰਜ ਦੀ ਵੀ ਰਵਾਇਤ ਨਹੀਂ ਤੋੜੀ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨੀ ਹਾਂ ਜਿਸ ਤਰ੍ਹਾਂ ਤੁਸੀਂ ਮੇਰੇ ਤੋਂ ਸ਼ੁਰੂ ਤੋਂ ਪੁੱਛਿਆ ਵੀ ਪੈਸਾ ਕਿੱਥੋਂ ਆਇਆ ਪੈਸਾ 14ਵੇਂ ਵਿੱਤੀ ਕਮਿਸ਼ਨ ਦਾ ਜੋ ਭਾਰਤ ਸਰਕਾਰ ਨੇ ਇੱਕ ਰੂਟੀਨ ਦੇ ਵਿੱਚ ਸਾਰੇ ਪਿੰਡਾਂ ਨੂੰ ਪੰਜਾਬ ਦੇ ਸਾਰੇ ਪਿੰਡਾਂ ਨੂੰ ਦਿੱਤਾ ਪਰ ਜਦੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਦੋ ਕੁ ਦਿਨ ਪਹਿਲਾਂ ਇੱਕ ਚਿੱਠੀ ਕੱਢੀ ਹੈ ਪੰਜਾਬ ਸਰਕਾਰ ਨੇ ਵੀ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਖਾਲੀ ਹੋ ਚੁੱਕਿਆ ਅਸੀਂ ਬੜੇ ਭਾਰੀ ਵਿੱਤੀ ਸੰਕਟ ਦੇ ਵਿੱਚੋਂ ਨਿਕਲ ਰਹੇ ਹਾਂ ਵੀ ਸਾਰੇ ਡਿਵੈਲਪਮੈਂਟ ਦੇ ਕੰਮ ਰੋਕ ਦਿੱਤੇ ਜਾਣ ਤੇ ਮਲਕੀਤ ਸਿੰਘ ਦਾਖਾ ਜੀ ਪੱਕੜੀ ਚਿੱਠੀ ਬੰਦ ਰਹੇ ਆ ਜਾਂ ਮੇਰੇ ਸਤਿਕਾਰਯੋਗ ਕਾਂਗਰਸੀ ਹਲਕਾ ਇੰਚਾਰਜ ਆ ਉਹ ਕਿਹੜੀ ਚਿੱਠੀ ਬੰਦ ਰਹੇ ਆ ਉਹ ਲੋਕਾਂ ਨੂੰ ਭਰਮ ਭਲੇਖੇ ਦੀ ਉਹ ਚਿੱਠੀ ਕਿ ਚੈੱਕ ਦੋਨੇ ਦੇਖੋ ਉਹ ਚੈੱਕ ਦੇ ਕੇ ਆ ਰਹੇ ਪਿੰਡਾਂ ਦੇ ਵਿੱਚ 10 ਲੱਖ ਦਾ ਚੈੱਕ 12 ਲੱਖ ਦਾ ਚੈੱਕ ਮੈਂ ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਤੁਹਾਡੇ ਸਰਪੰਚਾਂ ਦੇ ਖਾਤਿਆਂ 'ਚ ਇਹ ਆਲਰੇਡੀ ਪੈਸਾ ਆ ਚੁੱਕਿਆ ਇਹ ਸਰਪੰਚਾਂ ਦੇ ਖਾਤੇ 'ਚ ਇਹ ਦੇਖੋ ਮੇਰੇ ਕੋਲ ਇਹ ਲਿਸਟ ਪਈ ਹੈ ਇਹ ਸਰਪੰਚਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਸਾਡੇ ਖਾਤਿਆਂ 'ਚ ਪੈਸਾ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਆ ਚੁੱਕਾ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਇਹਨਾਂ ਦਾ ਕਾਂਗਰਸੀ ਸਰਪੰਚ ਕੱਟੜ ਕਾਂਗਰਸੀ ਹੈ ਗਏ ਵੀ ਤਾਂ ਉੱਥੇ ਹੀ ਹੈ ਦੂਸਰੀ ਜਗ੍ਹਾ ਤੇ ਤਾਂ ਇਹ ਜਾ ਹੀ ਨਹੀਂ ਰਹੇ ਦੂਸਰੇ ਪਿੰਡਾਂ ਨੂੰ ਤਾਂ ਇਹ ਸਿਰਫ ਪਰਮਾ ਰਹੇ ਆ ਵੀ ਤੁਹਾਨੂੰ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਜੇ ਕਈ ਵਾਰੀ ਕੋਈ ਅਵੇਅਰਨੈਸ ਨਹੀਂ ਹੁੰਦੀ ਖਾਤਿਆਂ 'ਚ ਪੈਸੇ ਦੀ ਉਹਨਾਂ ਨੂੰ ਤਾਂ ਇਹ ਦੱਸ ਰਹੇ ਆ ਵੀ ਜੇ ਤੁਸੀਂ ਸਾਡੇ ਤੋਂ ਸਰੋਪਾ ਪਾਲਾਂਗੇ ਪੈਸਾ ਛੇਤੀ ਤੋਂ ਛੇਤੀ ਤੁਹਾਡੇ ਤੱਕ ਵੀ ਪਹੁੰਚੇਗਾ ਸਗੋਂ ਹੁਣ ਇਹ ਚਾਹੀਦਾ ਸੀ ਵੀ ਜਦੋਂ ਪਿੰਡਾਂ ਦੇ ਵਿੱਚ 14ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਆ ਗਈ ਹੈ ਜਿਹੜੀ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਇਹ ਤਾਂ ਪਿੰਡ ਦੀ ਇੱਕ ਸਾਂਝੀ ਗ੍ਰਾਮ ਸਭਾ ਬੁਲਾ ਕੇ ਪੰਚਾਇਤ ਤੇ ਸਰਪੰਚ ਬੈਠ ਜਾਂਦਾ ਉਹ ਪੁੱਛਦਾ ਵੀ ਸਭ ਤੋਂ ਪਹਿਲਾਂ ਕਰਨ ਵਾਲਾ ਕੰਮ ਕਿਹੜਾ ਕਿਉਂਕਿ ਆਖਰਕਾਰ ਸਰਪੰਚ ਤੇ ਪੰਚ ਤਾਂ ਉਸੇ ਪਿੰਡ ਦੇ ਹੀ ਆ ਨਾ ਕਿਸੇ ਪਿੰਡ ਦੇ ਵਿੱਚ ਸਮੱਸਿਆ ਕੀ ਹੈ ਇਹਨਾਂ ਦੇ ਦਿਮਾਗਾਂ ਦੇ ਵਿੱਚ ਇਹਨਾਂ ਆਪਣੇ ਆਪ ਨੂੰ ਕੱਟੜ ਤਾਂ ਪਾਰਟੀ ਲਈ ਭਰੀ ਹੋਈ ਆ ਇਹ ਕਹਿੰਦੇ ਵੀ ਆਹ ਗਲੀ ਤਾਂ ਬਣਾਉਣ ਨੂੰ ਰਹਿ ਨਹੀਂਦਾ ਉਹ ਕਿਉਂਕਿ ਇੱਥੇ ਝਾੜੂ ਵਾਲੇ ਰਹਿੰਦੇ ਆ ਆ ਗਲੀ ਤਾਂ ਬਣਾਉਣ ਨੂੰ ਨਾਲੀ ਤਾਂ ਬਣਾਉਣ ਨੂੰ ਰਹਿ ਨਹੀਂ ਦੋ ਇਹਨਾਂ ਦੇ ਮੂਰੇ ਕੂੜਾ ਜਾਂਦਾ ਕੂੜਾ ਜਾਂਨ ਦੋ ਹੁਣ ਸਮੱਸਿਆ ਇਹ ਹੈ ਵੀ ਜਦੋਂ ਤੁਹਾਡੇ ਖਾਤੇ ਦੇ ਵਿੱਚ ਤੁਹਾਡੇ ਤੁਹਾਡੇ ਮੈਂ ਤੁਹਾਨੂੰ ਤੇ ਇੱਕ ਪੁੱਛਦੀ ਆ ਤੁਹਾਡੇ ਖਾਤੇ ਦੇ ਵਿੱਚ 15 ਲੱਖ ਪਹਿਲਾਂ ਹੀ ਹੈਗਾ ਤੇ ਤੁਹਾਨੂੰ ਮੈਂ ਉਸੇ 15 ਲੱਖ ਦਾ ਚੈੱਕ ਕਿਹ ਦੇ ਰਹੀ ਆ ਚੈੱਕ ਚੈੱਕ ਮਤਲਬ ਚੈੱਕ ਕਿੱਥੋਂ ਆ ਰਿਹਾ ਫਿਰ ਚੈੱਕ ਜਿਹੜਾ ਵੀ ਉਹ ਭਰਮ ਭਲੇਖਾ ਪਾ ਰਹੇ ਆ ਜੇ ਤੁਹਾਡੇ ਖਾਤੇ ਦਾ ਚੈੱਕ ਮੈਂ ਆਪਣੇ ਖਾਤੇ ਚੋਂ ਕਿੱਦਾਂ ਦੇ ਦੂੰ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇੱਕੋ ਹੀ ਗੱਲ ਪੁੱਛਣਾ ਚਾਹਨੀ ਆ ਵੀ ਜਿਹੜਾ ਚੈੱਕ ਇਹ ਦੇ ਰਹੇ ਆ ਚੈੱਕ ਨੰਬਰ ਜਨਤਕ ਕਰਨ ਇਹ ਜਿੱਥੋਂ ਇਹਨਾਂ ਦਾ ਖਾਤੇ ਦਾ ਚੈੱਕ ਇਹਨਾਂ ਨੇ ਕੈਸ਼ ਕਰਾਉਣਾ ਉਹਨੂੰ ਵੀ ਜਨਤਕ ਕਰਨ ਜੇ ਤਾਂ ਉਹਨਾਂ ਦੇ ਉਸੇ ਸਰਪੰਚ ਦੇ ਉਸੇ ਅਕਾਊਂਟ ਚ ਹੀ ਉਹ ਕੈਸ਼ ਹੋਣਾ ਫਿਰ ਤਾਂ ਇਹ ਪਰਮਪਲੇਖਾ ਦੂਰ ਹੋਵੇ ਜੇ ਨਹੀਂ ਹੋਣਾ ਜਾਂ ਮਲਕੀਤ ਸਿੰਘ ਦਾਖਾ ਜੀ ਕੋਲੇ ਹੋ ਸਕਦਾ ਕੋਈ ਗਿੱਦੜ ਸਿੰਘ ਹੀ ਆ ਗਈ ਹੋਵੇ ਜਿਹੜੀ ਕੈਪਟਨ ਸਾਹਿਬ ਕੋਲੇ ਨਾ ਆਈ ਹੋਵੇ ਜਿਹੜੀ ਕੈਪਟਨ ਸਾਹਿਬ ਜਿਹੜੇ ਮਨਪ੍ਰੀਤ ਬਾਦਲ ਕੋਲੇ ਨਾ ਆਈ ਹੋਵੇ ਉਹ ਕਹਿੰਦੇ ਆ ਵੀ ਸਾਡੇ ਤਾਂ ਡਿਵੈਲਪਮੈਂਟ ਦੇ ਕੰਮ ਰੋਕ ਲਓ ਸਾਡੇ ਕੋਲ ਹੈ ਕੁਛ ਨਹੀਂ ਇਹਨਾਂ ਕੋਲੇ ਕੁਛ ਨਾ ਕੁਛ ਐਸਾ ਆ ਗਿਆ ਹੋਵੇ ਜਿਹੜਾ 25 ਲੱਖ 30 ਲੱਖ 10 ਲੱਖ 15 ਲੱਖ ਦੇ ਚੈੱਕ ਬਣਨ ਤਿੰਨ ਕਰੋੜ ਦੀ ਗ੍ਰਾਂਟ ਜਕਰਾਉਣ ਨੂੰ ਵਿੱਤ ਕਮਿਸ਼ਨ ਦੇ ਰਾਹੀਂ ਆ ਰਹੀ ਹੈ ਜਿਹੜੀ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਸਾਰੀ ਦਿਖਾ ਰਹੀ ਹਾਂ ਆ ਸਾਰੀ ਗ੍ਰਾਂਟ ਹੈ ਜਿਹੜੀ ਆਈ ਹੋਈ ਆ ਪਹਿਲੇ ਨੰਬਰ ਤੇ ਦੇਖੋ ਦੂਜੇ ਤੇ ਦੇਖੋ ਤੇ ਫਿਰ ਉਸ ਤੋਂ ਬਾਅਦ ਆ ਤੀਸਰੇ ਦੀ ਵੀ ਦੇਖੋ ਗ੍ਰਾਂਟ ਇੱਧਰ ਇਹ ਸਾਰੀ ਗ੍ਰਾਂਟ ਆਲਰੇਡੀ ਆ ਚੁੱਕੀ ਆ ਹੁਣ ਜ਼ਰੂਰਤ ਇਸ ਗੱਲ ਦੀ ਸੀ ਵੀ ਪੰਜਾਬ ਸਰਕਾਰ ਦੇ ਇੱਕ ਆਗੂ ਹੋਣ ਦੇ ਨਾਤੇ ਉਹ ਲੋਕਾਂ ਦੇ ਵਿੱਚ ਅਵੇਅਰਨੈਸ ਕੈਂਪ ਲਾਉਂਦੇ ਬੇ ਭਾਈ ਸਾਡੀ ਸਰਕਾਰ ਕੋਲੇ ਪੈਸਾ ਨਹੀਂ ਹੈ ਜਿਹੜਾ ਪੈਸਾ ਤੁਹਾਡੇ ਕੋਲੇ ਆ ਗਿਆ ਉਹਨੂੰ ਉਹਦੇ ਉਹਨੂੰ ਪਿੰਡ ਦੀ ਵੱਧ ਤੋਂ ਵੱਧ ਬਿਹਤਰੀ ਲਈ ਲਾਇਆ ਜਾਵੇ ਪਰ ਮੈਂ ਹੈਰਾਨ ਵੀ ਇਹਨਾਂ ਨੇ ਇਹਨੂੰ ਵੀ ਇੱਕ ਪੋਲੀਟਿਕਲੀ ਮੋਟੋ ਬਣਾ ਲਿਆ ਕਿਉਂਕਿ ਹੋਰ ਸਾਡੇ ਕੋਲੇ ਹੈ ਨਹੀਂ ਜਿਹੜਾ ਕੁਝ ਹੈਗਾ ਉਹਨੇ ਤੇ ਹੀ ਆਪਣੀ ਬਾਵਾ ਕਰਾਈ ਚੱਲੋ ਜੀ ਸਾਡੇ ਦਰਸ਼ਕ ਇਹ ਗੱਲ ਜਾਣਨੀ ਚਾਹਣਗੇ ਵੀ ਇਹ 14ਵਾਂ ਵਿੱਤ ਕਮਿਸ਼ਨ ਆਖਰ ਹੈ ਕੀ ਇਹਦੇ ਨਾਲ ਜਿਹੜਾ ਪੰਚਾਇਤਾਂ ਨੂੰ ਪੈਸਾ ਕਿਵੇਂ ਪਹੁੰਚਦਾ ਦੇਖੋ ਜੀ ਇਹ 14ਵੇਂ ਵਿੱਤ ਕਮਿਸ਼ਨ ਦੀ ਕੇਂਦਰ ਸਰਕਾਰ ਦੀ ਇੱਕ ਪੋਲਿਸੀ ਹੁੰਦੀ ਹੈ ਜਿਹਦੇ ਅਕੋਰਡਿੰਗਲੀ ਆਪਾਂ ਪੈਸੇ ਹੁੰਦੇ ਆ ਇਹ ਜਿਹੜੀ ਗ੍ਰਾਂਟ ਆਈ ਹੈ ਇਹ ਹਲਕਾ ਜਾਗਰਾਉਂ ਦੇ ਮਨਰੇਗਾ ਲਈ ਆਈ ਹੈ ਜਿਹਦੇ ਚ 60% ਮਨਰੇਗਾ ਵਰਕਸ ਦਾ ਪੈਸਾ 40% ਮਟੀਰੀਅਲ ਦਾ ਪੈਸਾ ਇਹ ਤਾਂ 100% ਉਹਨਾਂ ਲੋਕਾਂ ਲਈ ਆਈ ਹੈ ਜਿਨ੍ਹਾਂ ਲੋਕਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਹੈ ਇਹਦੀ ਪਿੰਡ ਦੀ ਬਿਹਤਰੀ ਲਈ ਆਈ ਹੈ ਦੂਸਰੀ ਗੱਲ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਇਹ ਗ੍ਰਾਂਟ ਦੇ ਵਿੱਚ ਇਸ ਗ੍ਰਾਂਟ ਬਾਕੀ ਸਾਰੇ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਸਾਰੇ ਉੱਥੇ ਐਕਸਰਸਾਈਜ਼ ਹੋਈ ਹੈ ਇੱਕ ਵੀਡੀਓ ਵੱਲੋਂ ਪ੍ਰੋਪਰ ਬੇ ਕਿੰਨਾ ਪੈਸਾ ਉਹਨਾਂ ਕੋਲੇ ਬਕਾਇਆ ਪਿਆ ਪਿਛਲਾ ਜਾਂ ਕਿਸੇ ਹੋਰ ਪਾਸੇ ਉਹਨੂੰ ਲਗਾ ਲਿਆ ਕੇ ਜਿਹੜੇ ਪਿੰਡ ਦੀ ਬਿਹਤਰੀ ਲਈ ਜ਼ਿਆਦਾ ਤੋਂ ਜ਼ਿਆਦਾ ਖਰਚਿਆ ਜਾ ਸਕਦਾ ਪਰ ਸਾਡੇ ਜਗਰਾਉਂ ਚ ਐਸਾ ਕੁਝ ਮੇਰੇ ਧਿਆਨ ਚ ਨਹੀਂ ਆ ਤੇ ਮਕੰਨ ਰੇਗਾ ਦਾ ਜਿਹੜੀ ਸਕੀਮ ਆ ਬੀਡੀਪੀ ਉਹ ਰਾਹੀਂ ਚੱਲਦੀ ਆ ਤੇ ਕੀ ਵੀਡੀਓ ਸਾਹਿਬ ਨੇ ਤੁਹਾਡੇ ਨਾਲ ਕੋਈ ਕੰਟੈਕਟ ਤੁਸੀਂ ਹਲਕੇ ਦੇ ਵਿਧਾਇਕੋਂ ਕੋਈ ਕੋਈ ਤੁਹਾਨੂੰ ਇਨਫੋਰਮੇਸ਼ਨ ਹੈ ਇਸ ਗੱਲ ਦੀ ਬਿਲਕੁਲ ਨਹੀਂ ਜੀ ਮੈਨੂੰ ਕਿਸੇ ਤਰ੍ਹਾਂ ਦੀ ਵੀਡੀਓ ਸਾਹਿਬ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਦਕਿ ਮੈਂ ਡੀਸੀ ਸਾਹਿਬ ਨਾਲ ਫੋਨ ਤੇ ਕੰਟੈਕਟ ਕੀਤਾ ਸੀ ਵੀ ਇਹ ਕਿਹੜੇ ਚੈੱਕ ਕਿੱਥੋਂ ਬੰਦ ਰਹੇ ਆ ਘੱਟੋ ਘੱਟ ਹਲਕਾ ਮੈਨੂੰ ਐਮਐਲਏ ਹੋਣ ਦੇ ਨਾਤੇ ਮੈਨੂੰ ਦੱਸੋ ਤਾਂ ਸਹੀ ਵੀ ਇਹ ਚੈੱਕ ਕਿੱਥੋਂ ਆ ਰਹੇ ਆ ਡੀ ਸਾਹਿਬ ਨੇ ਮੈਨੂੰ ਟੈਲੀਫੋਨਿਕਲੀ ਇਹ ਦੱਸਿਆ ਸੀ ਮੈਡਮ ਇਹ ਤਾਂ 14th ਪੇ ਬੈਟ ਕਮਿਸ਼ਨ ਦੀ ਰਿਪ ਸੀ ਆ ਚੁੱਕੇ ਆ ਮੈਂ ਉਹਨਾਂ ਨੂੰ ਸਗੋਂ ਮੈਂ ਬੜੇ ਥੋੜੇ ਜਿਹਾ ਲੈਜੇ ਚ ਕਿਹਾ ਮੈਂ ਕਿਹਾ ਚਲੋ ਜੇ 10 ਕ ਚੈੱਕ ਤੁਸੀਂ ਉਹਨਾਂ ਨੂੰ ਦਿੱਤੇ ਆ 5 ਕ ਚੈੱਕ ਮੈਨੂੰ ਵੀ ਦੇ ਦਿਓ ਮੈਂ ਵੀ ਲੋਕਾਂ ਨੂੰ ਦੱਸਦਾ ਪਰ ਮੈਂ ਬੜੀ ਹੈਰਾਨੀ ਵਾਲੀ ਗੱਲ ਹੈ ਜਿਹੜੀ ਚੀਜ਼ ਸਾਡੇ ਕੋਲੇ ਹੈਗੀ ਹੈ ਜਿਹੜੀ ਸਾਡੇ ਆਲਰੇਡੀ ਅਸੀਂ ਦੇ ਚੁੱਕੇ ਆ ਉਹਨੂੰ ਵੰਡਣ ਦਾ ਕੀ ਫਾਇਦਾ ਉਹ ਤਾਂ ਇਹ ਤਾਂ ਸਰਪੰਚਾਂ ਦੇ ਖਾਤਿਆਂ 'ਚ ਪੈਸਾ ਆ ਚੁੱਕਿਆ ਉਹ ਅਸੀਂ ਕੀ ਨਮਾ ਦੇ ਕੇ ਸ਼ੋ ਕਰਨਾ ਚਾਹੁੰਦੇ ਆ ਜਿਹੜੀ ਚੀਜ਼ ਅਗਲੇ ਤੇ ਹੈਗੀ ਆ ਮੈਂ ਬਾਰ ਬਾਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇੱਕੋ ਹੀ ਗੱਲ ਕਹਿਣਾ ਚਾਹਨੀ ਆ ਜਿਹੜੇ ਉਹ ਚੈੱਕ ਦੇ ਰਹੇ ਆ ਉਹਦੇ ਨੰਬਰ ਜਨਤਕ ਕਰਨ ਉਹ ਚੈੱਕ ਕਿੱਥੋਂ ਕੈਸ਼ ਹੋਣਾ ਉਹ ਜਨਤਕ ਕਰਨ ਬੇਸ਼ੱਕ ਤੁਸੀਂ ਮੇਰੇ ਤੋਂ ਬਾਅਦ ਚ ਉਹਨਾਂ ਤੋਂ ਪੁੱਛ ਲਿਓ ਵੀ ਇਹ ਚੈੱਕ ਕਿੱਥੋਂ ਕੈਸ਼ ਹੋਣਾ ਜੀ ਜਰੂਰ ਪੁੱਛਾਂਗੇ ਜੀ ਤੁਹਾਡੇ ਜੋ ਤੁਸੀਂ ਇਲਜ਼ਾਮ ਉਹਨਾਂ ਤੇ ਲਾ ਰਹੇ ਹੋ ਅਸੀਂ ਉਹਨਾਂ ਤੋਂ ਸਪਸ਼ਟੀਕਰਨ ਜਰੂਰ ਲਵਾਂਗੇ ਇਹ ਸੰਨ ਹਲਕਾ ਜਗਰਾਉ ਤੋਂ ਵਿਧਾਇਕਾ ਬੀਬਾ ਸਰਮਜੀਤ ਕੌਰ ਮਾਨੂਕੇ ਇਹਨਾਂ ਦਾ ਕਹਿਣਾ ਹੈ ਕਿ ਜੋ ਹਲਕਾ ਇੰਚਾਰਜ ਸਰਦਾਰ ਮਲਕੀਤ ਸਿੰਘ ਧਾਕਾ ਜੀ ਪੰਚਾਇਤਾਂ ਨੂੰ ਚੈੱਕ ਦੇ ਰਹੇ ਨੇ ਉਹ ਚੈੱਕ ਉਹ ਜਿਹੜੇ ਪੈਸੇ ਆ ਪਹਿਲਾਂ ਹੀ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਚੁੱਕੇ ਰਹੇ ਪੰਚਾਇਤਾਂ ਦੀਆਂ ਚੈੱਕ ਬੁੱਕਾਂ ਤੋਂ ਹੀ ਚੈੱਕ ਕੱਟ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਸਤਿ ਸ੍ਰੀ ਅਕਾਲ